पुलिस थाना खेमकरण के अधीन आते पिंड प्रेमी जोड़े दी लाशा मिलन से पिंड सनसनी फैल गई है। दसिया जाता है कि मृतक जोड़े दे नाजायज संबंध सन, जिसके चलदियां ये दोवें घरों भज्जन लगे सी। लड़के दे पिता नूं शक सी कि लड़की वालिया ने उन्हां दा लड़का अगवा किया है, जिसकी रिपोर्ट थाना खेमकरण विच दर्ज करवाई गई सी। पर अज दोनों प्रेमी जोड़िया दी लाशा खेतों विच मिलन कारण सारे पिंड विच सनसनी फैल गई है। फिलहाल मामला दर्ज किया जा रहा है, पोस्टमार्टम की रिपोर्ट तो बाद ही कार्रवाई की जाएगी। तरनतारन तो कुलदीप सिंह की रिपोर्ट, लाइव भारत। ਹਾਂਜੀ, ਇਹ ਥਾਣਾ ਖੇਮਕਰਨ ਦਾ ਪਿੰਡ ਆ, ਦੂਲਾ ਕੋਨਾ। ਇੱਥੇ ਇੱਕ ਜੋਗਾ ਸਿੰਘ ਸਾਨੂੰ ਕੁਲਵੰਤ ਸਿੰਘ, ਇਹ ਜਗਰਾਜ ਸਿੰਘ ਉਰਫ ਥਾਣਾ ਮੁੰਡਾ ਜਗਰਾਜ ਸਿੰਘ, ਅਤੇ ਦੱਤੂ ਦੀ ਇਹ ਜਿਹੜੀ ਕੁੜੀ, ਇਹਦੇ ਨਾਲ ਉਹਦੇ ਥੋੜ੍ਹੇ ਨਜਾਇਜ਼ ਸੰਬੰਧ ਸੀ। ਅਤੇ ਭਾਈ 8 ਤਰੀਕ ਦੀ ਰਾਤ ਨੂੰ ਤੜਕੇ 4 ਵਜੇ ਦੀ ਗੱਲ ਆ, ਇਹਦੀ ਮਾਂ ਜਿਹੜੀ ਸੁੱਖੀ ਉਹ ਸਾਡੇ ਘਰ ਗਈ, ਅਤੇ ਉਹਨੇ ਜਾ ਕੇ ਸਾਨੂੰ ਉਠਾਇਆ ਕਿ ਤੁਹਾਡਾ ਮੁੰਡਾ ਜੋਗਾ ਕਿੱਥੇ ਆ। ਇਹਨਾਂ ਨੇ ਉਹਨੂੰ ਮਾਰ ਕੇ ਉਹਨੂੰ ਚੁੱਕ ਕੇ ਮਾਰਿਆ, ਫਿਰ ਸਾਡੇ ਘਰੇ ਜਾ ਕੇ ਸੱਚੇ ਹੋਣ ਦੇ ਮਾਰੇ ਨੇ ਜਾ ਕੇ ਸਾਨੂੰ ਦੱਸਿਆ ਕਿ ਆਹ ਗੱਲ ਹੋ ਗਈ ਆ। ਉਦੋਂ ਤੋਂ ਅਸੀਂ ਮੁੰਡੇ ਦੀ ਭਾਲ ਕਰਦੇ ਹਾਂ, ਅੱਜ ਤੱਕ ਸਾਨੂੰ ਮੁੰਡਾ ਨਹੀਂ ਮਿਲਿਆ। ਅੱਜ ਕੋਈ 4 ਕੁ ਵਜੇ ਦੀ ਗੱਲ ਹੈ ਕਿ ਇੱਥੇ ਸਾਨੂੰ ਪਤਾ ਲੱਗਾ ਕਿ ਮਣਾਵੇਂ ਦੇ ਇੱਥੇ ਪੈਲੀਆਂ ਦੇ ਵਿੱਚ ਨਾ ਕੋਈ 2 ਡੈੱਡ ਬੋਡੀਆਂ ਪਈਆਂ, ਅਤੇ ਮੈਂ ਮੌਕੇ 'ਤੇ ਆ ਕੇ ਵੇਖਿਆ ਅਤੇ ਉਹ ਇਹਨਾਂ ਦੀਆਂ 2 ਡੈੱਡ ਬੋਡੀਆਂ। ਤੁਹਾਨੂੰ ਕਿਹ ਤੋਂ ਸ਼ੱਕ ਹੈ? ਸ਼ੱਕ ਸਾਨੂੰ ਇਹਨਾਂ ਦੇ ਪਰਿਵਾਰ 'ਤੇ ਆ ਭਾਅ ਜੀ। ਬਿੱਟੂ ਜੀ, ਕੀ ਮੰਗ ਕਰਦੇ ਆ? ਕੀ ਮੰਗ? ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ, ਸਾਨੂੰ ਇਨਸਾਫ਼ ਪ੍ਰਸ਼ਾਸਨ ਤੋਂ ਇਨਸਾਫ਼ ਚਾਹੀਦਾ। थाना खेमकरण का पिंड आ, दूला कोना। इत्थे एक जोगा सिंह सानो कुलवंत सिंह, ही जगराज सिंह उर्फ जोगा सिंह पुत्र कुलवंत सिंह, मजदी वासी दूला कोना, उम्र करीब 20 साल। इहदे जिहड़े नजायज़ संबंध ही ज्योति पुत्री बिट्टू, मजदी वासी दूला कोना, उम्र 20 साल, इहदे नाल इहदे संबंध बन गया ही। ते पिंड वालियां नूं इहनां दे बारे पता सीगा, ते पिंड वालियां दस्सण मुताबक मिट्टी 8-5 ਜਿਹੜਾ 20 ਨੂੰ ਆਏ ਸਵੇਰੇ, ਜਿਹੜਾ ਵਾ ਲੜਕੀ ਨੂੰ ਕਿਤੇ ਕੱਢ ਕੇ ਲੈ ਗਿਆ ਸੀਗਾ, ਦੋਵੇਂ ਜਣੇ ਚਲੇ ਗਿਆ ਸੀ। ਅਤੇ ਉਹ ਬਾਅਦ ਦੇ ਵਿੱਚ ਜਿਹੜਾ ਲੜਕੀ ਵਾਲਿਆਂ ਦੇ ਜਿਹੜੇ ਹੈਗੇ ਆ ਪੇਰੈਂਟਸ, ਉਹਨਾਂ ਨੇ ਉਹਨਾਂ ਘਰ ਜਾ ਕੇ ਦੱਸਿਆ ਵੀ ਤੁਹਾਡਾ ਮੁੰਡਾ ਜਿਹੜਾ ਸਾਡੀ ਲੜਕੀ ਲੈ ਗਿਆ ਵਾ। ਇਹਦੇ ਵਿੱਚ ਜਿਹੜਾ ਵਾ ਪਿੰਡ ਦੇ ਵਿੱਚ ਬਹਿ ਕੇ ਇਹਨਾਂ ਦੀ ਘੁਸਰ ਮੁਸਰ ਚੱਲਦੀ ਰਹੀ ਆ, ਵੀ ਉਦੋਂ ਤੋਂ ਉਸ ਦਿਨ ਤੋਂ ਬਾਅਦ ਜਿਹੜਾ ਵਾ ਮੁੰਡਾ ਕੁੜੀ ਪਿੰਡ ਵਿੱਚ ਨਹੀਂ ਦੇਖੀ ਆ। ਅਤੇ ਅੱਜ ਜਿਹੜਾ ਵਾ ਮਤਲਬ ਇੱਥੇ ਪਿੰਡ ਦੂਲਾ ਕੋਨਾ ਤੋਂ 10-15 ਕਿੱਲੇ ਜਿਹੜਾ ਵਾ ਹਟਵਾਂ ਜਿਹੜਾ ਵਾ ਇੱਕ ਟਾਹਲੀ ਦਾ ਦਰਖਤ ਸੀਗਾ, ਉੱਥੇ ਕੋਈ ਜਿਹੜੇ ਬੱਚੇ ਸੀ, ਕੋਈ ਜਨਾਨੀਆਂ ਸਿੱਟੇ ਚੁਗਣ ਆਈਆਂ, ਜਿਨ੍ਹਾਂ ਨੇ ਵੇਖਿਆ ਵੀ 2 ਬੁਰੀ ਤਰ੍ਹਾਂ ਚੂਸੀਆਂ ਹੋਈਆਂ, ਡੈੱਡ ਬੋਡੀਆਂ ਪਈਆਂ ਸੀਗੀਆਂ ਇੱਕ ਬੰਦੇ ਜਨਾਨੀ ਦੀਆਂ। ਜਿਹੜਾ ਪੁਲਿਸ ਨੂੰ ਤਲਾਹ ਮਿਲੀ, ਇਹਦੇ ਘਰਦਿਆਂ ਨੂੰ ਤਲਾਹ ਮਿਲੀ, ਜੋ ਅਸੀਂ ਵੀ ਇੱਥੇ ਮੌਕੇ 'ਤੇ ਆਏ ਹਾਂ, ਇਹਨਾਂ ਨੇ ਸ਼ਨਾਖਤ ਕੀਤਾ ਵਾ ਵੀ ਇਹ ਜਿਹੜਾ ਮ੍ਰਿਤਕ ਜੋਗਾ ਸਿੰਘ ਆ ਅਤੇ ਜਿਹੜੀ ਮਰਨ ਵਾਲੀ ਆ ਉਹ ਜੁੱਤੀ ਆ। ਅਤੇ ਇਹ ਜਿਹੜੇ ਆਪਣੇ ਮ੍ਰਿਤਕ ਜੋਗਾ ਸਿੰਘ ਦੇ ਜਿਹੜੇ ਵਾਰਸ ਨੇ, ਉਹ ਸ਼ੱਕ ਕਰਦੇ ਆ ਵੀ ਲੜਕੀ ਦੇ ਪਰਿਵਾਰ ਨੇ ਜਿਹੜਾ ਵਾ ਨਾ ਇਹਨਾਂ ਦੋਵਾਂ ਨੂੰ ਮਾਰ ਦਿੱਤਾ। ਜੋ ਇਹ ਲੜਕੇ ਦੇ ਬਾਪ ਦੇ ਬਿਆਨਾਂ 'ਤੇ ਜਿਹੜਾ ਪਰਚਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਆ, ਇਹਨਾਂ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ, ਡੰਗਿਆਈ ਨਾਲ ਤਫਤੀਸ਼ ਕੀਤੀ ਜਾਵੇਗੀ। ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ। ਇਹ ਅਜੇ ਪੂਰੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਲਾਸ਼ਾਂ ਜਿਹੜੀਆਂ ਬਿਲਕੁਲ ਡੀਕੰਪੋਜ਼, ਧੁੱਪ ਦੇ ਨਾਲ ਕੋਈ ਬਿਲਕੁਲ ਖਰਾਬ ਹੋ ਚੁੱਕੀਆਂ, ਅਤੇ ਹੁਣ ਪੋਸਟਮਾਰਟਮ ਦੇ ਵਿੱਚੋਂ ਪਤਾ ਲੱਗੇਗਾ ਵੀ ਇਹਨਾਂ ਦੀ ਮੌਤ ਦਾ ਕਾਰਨ ਕੀ ਆ। ਇਸ ਕਰਕੇ ਅਜੇ ਗੱਲ 'ਤੇ ਕੁਛ ਨਹੀਂ ਕਿਹਾ ਜਾ ਸਕਦਾ। ਹਾਂਜੀ, ਥਾਣਾ ਲੜਕੀ ਦੇ ਲੜਕੀ ਵਾਲਿਆਂ ਨੇ ਕੋਈ ਨਹੀਂ ਦਿੱਤੀ, ਅਤੇ ਲੜਕੀ ਵਾਲਿਆਂ ਨੇ ਖੇਮਕਰਨ ਥਾਣੇ ਦਰਖਾਸਤ ਦਿੱਤੀ ਵੀ ਸਾਡਾ ਜਿਹੜਾ ਲੜਕਾ ਉਹ ਮਿਲ ਨਹੀਂ ਰਿਹਾ। ਸ਼ੰਕਰ ਮਾਲੀ ਰਾਮ ਕੇਡੀਆ ਜੀ ਨੇ ਔਰ ਇੱਕੀ ਫਲੋ ਦੀ ਪੂਰੀ ਟੀਮ ਨੇ ਇਨੀਸ਼ੀਏਟਿਵ ਲਿਆ ਹੈ।